ਇਹ ਆਕਾਸ਼ਵਾਨੀ ਜੰਮੂ ਹੈ ਹੰਤ ਉਸ ਅੰਜੂਬਾਲਾ ਕੋਲ ਖਬਰਾਂ ਸੁਣੋ ਸ਼੍ਰੀਨਗਰ ਵਿੱਚ ਅਤੰਕਵਾਦੀ ਅਮਲੇ ਦੇ ਇੱਕ ਦਿਨ ਬਾਅਦ ਜਿਸ ਵਿੱਚ ਦੋ ਤਰਖਾਨ ਮਾਰੇ ਗਏ ਇਹ ਪੂਰੀ ਕਸ਼ਮੀਰ ਕਾ ਟੀਚ ਅਲਵ ਸੰਖੇਕ ਸਮੂਹੇ ਦੇ ਆਸ-ਪਾਸ ਹੈ ਸੁਰੱਖਿਆ ਕੀ ਸਖਤ ਕਰ ਦਿੱਤਾ ਗਿਆ ਹੈ ਆਈਜੀ ਪੁਲਸ ਕਮਿਸ਼ਮੀ ਕਸ਼ਮੀਰ ਵਿਕੇ ਵਰਡੀ ਤੇ ਡਿਵੀਜ਼ਨਲ ਕਮਿਸ਼ਨਰ ਕਸ਼ਮੀਰ ਵਿਕੇ ਵਿਧੂਰੀ ਔਰ ਇੱਕ ਸੁਰੱਖਿਆ ਸਮਿਖਿਆ ਦੀ ਬੈਠਕ ਦੀ ਸਹਾਇ ਦਖਸ਼ਤਾ ਕੀਤੀ ਜਿਹਦੇ ਚ ਕਸ਼ਮੀਰ ਦੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਔਰ ਇਸਾ ਲਤਾ ਸਭ ਨੇ ਰੇਂਜ ਨੇ ਦੇ ਡੀਆਈਜੀ ਐਸਐਸ पीसीआर कश्मीर एसपी साउथ सिटी श्रीनगर ਤੇ एसपीओ कार्गो ਵੀ ਮੌਜੂਦ ਹੈ ਪੁਲਿਸ ਦੇ प्रवक्ता ਹੋਰ ਨੇ ਦੱਸਿਆ ਜੇ ਹਾਲ ਚਟ ਘਟਨਾ ਕਰਮੇ ਦੇ ਮੱਦੇ ਨਜ਼ਰ ਅਲਪਸੰਖਿਅਕ ਸਮੂਹਾਂ ਤੇ ਹੋਰ ਨੇ ਮੱਤੇਪੂਰਨ ਇਲਾਕਿਆਂ ਚ ਸੁਰੱਖਿਆ ਪ੍ਰਬੰਧ ਦੀ ਸਮੀਖਿਆ ਕੀਤੀ ਗਈ ਉਹਨੇ ਆਖਿਆ ਜੇ ਸਭਨੇ ਪ੍ਰਤੀਭਾਗੀਆਂ ਕੀ ਇਸ ਸਰਵੰਦਿਆ ਚ ਕੀਤੇ ਗਏ ਦੇ ਸੁਰੱਖਿਆ ਦੇ ਬਖ ਬਖ ਉਪਾਏ ਬਾਰੇ ਜਾਣਕਾਰੀ ਦਿੱਤੀ ਗਈ ਹੈ ਉਹਨੇ ਆਖਿਆ ਜੇ ਡਿਵੀਜ਼ਨਲ ਕਮਿਸ਼ਨਰ ਕਸ਼ਮੀਰ ਹੋਰ ਇਸ ਗੱਲ ਉਪਰ ਜ਼ੋਰ ਭਰਿਆ ਜੇ ਪੁਲਿਸ ਦੇ ਬਖ ਬਖ ਮੈਜਿਸਟ੍ਰੇਟ ਦੇ ਦਫਤਰ ਆਸਿਆ ਸੁਰੱਖਿਅਤ ਤੇ ਅਨੁਕੂਲ ਮਾਹੌਲ ਯਕੀਨੀ ਬਣਾਉਣ ਲਈ ਯਤਨ ਕੀਤੇ ਜਾੰਗਨ ਬੁਲਵਕਤੌਰੀ ਦੱਸਿਆ ਜੇ ਆਈਜੀਪੀ ਹੋਰੇ ਅਫਸਰਾਂ ਕੀ ਆਖਿਆ ਜੇ ਉਹ ਆਪਣੇ ਸੁਰੱਖਿਆ ਬਲ ਤੇ ਸਮਿਖਸ਼ਕਾਂ ਕੰਨਾਂ ਤਾਲਮੇਲ ਬਣਾਈ ਹੈ ਸਤਰਕਰੋਨ ਤੇ ਲਗਾਤਾਰ ਇੰਤਜ਼ਾਮੇ ਦੀ ਸਮਿਖਸ਼ਾ ਕਰਨ ਸੁਰੱਖਿਆ ਬਲੇ ਬਾਰਾਮੂਲਾ ਜ਼ਿਲ੍ਹੇ ਦੇ ਸਪੋਰ ਇਲਾਕੇ ਚ ਦੋ ਅਤੰਕਵਾਦੀ ਛੁਪਨੇ ਵਾਲੇ ਥਾਰੇ ਦਾ ਪਤਾ ਲਾਇਆ ਹੈ ਤੇ ਉਥੋਂ ਆ ਮਤੀ ਤਦਾਦ ਅਥਿਆਰ ਤੇ ਗੋਲਾ ਬਾਰੋਦ ਵੀ ਬਰਾਮਦ ਕੀਤੇ ਸਰਕਾਰੀ ਸੂਤਰੇ ਮੁਤਾਬਕ ਤਲਾਸ਼ੀ ਦੌਰਾਨ ਦੋ ਸੰ nghiਗਤ ਆਤੰਕਵਾਦੀ ਸਾਥੀਆਂ ਗੀ ਵੀ ਗ੍ਰਿਫਤਾਰ ਕਰੀ ਲਇਤਾ ਗਿਆ ਹੈ ਜਿੰਦੇ ਕੋਲਾ ਹਥਿਆਰ ਤੇ ਗੋਲਾ ਬਾਰੂਦ ਵੀ ਬਰਾਮਦ ਹੋਇਆ ਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਕੇਂਦਰੀ ਮੰਤਰੀ ਮੰਡਲ ਆਸੀਆਂ ਲੈਤੇ ਗੇ ਦੇ ਮਤੇ ਸਾਰੇ ਫੈਸਲੇ ਦੀ ਸਰਾਨਾ ਕੀਤੀ ਹੈ ਤੇ ਆਖਿਆ ਹੈ ਜੇ ਰੇਲਵੇ ਪ੍ਰਯੋਜਨਾਏ ਗੀ ਮਨਜ਼ੂਰੀ ਦੇਨੇ ਕੰਨਾ ਹੈ ਬੁਨਿਆਦੀ ਢਾਂਚੇ ਚ ਵਾਦਾ ਹੋਗ ਤੇ ਭੀੜ ਪਾੜ ਆਲੇ ਰਸਤੇ ਉਪਰ ਭੀੜ ਘਟ ਹੋਗ ਤੇ ਵਪਾਰ ਦੇ ਕੰਨਾ ਕੰਨਾ ਕਨੈਕਟੀਵਿਟੀ ਚ ਵੀ ਸੁਧਾਰ ਹੋਗ ਐਕਸਾ ਪਰ ਸੋਸ਼ਲ ਮੀਡੀਆ ਪੋਸਟਿੰਗ ਦੀ ਇਸ ਸ਼੍ਰੇਣਕਸ਼ੰਖਲਾ ਚ ਪ੍ਰਧਾਨ ਮੰਤਰੀ ਨરેਂਦਰ ਮੋਦੀਓ ਨੇ ਆਖਿਆ ਜੇ ਮੱਛੀ ਪਾਲਣ ਤੇ ਜਲੀਏ ਖੇਤੀ ਬਾੜੀ ਬੁਨਿਆਦੀ ਢਾਂਚੇ ਵਿਕਾਸ ਕੋਸ਼ ਦੇ ਵਿਸਤਾਰ ਕਰਨੇ ਮੱਛੀ ਪਾਲਣ ਖੇਤਰ ਚ ਰੋਣੇ ਵਾਲੇ ਲਈ ਕਰਜ਼ੇ ਦੀ ਉਪਲਬਧਤਾ ਚ ਸੁਧਾਰ ਯਕੀਨੀ ਬਣਾਇਆ ਜਾਗ ਤੇ ਇਸ ਕਨੈ ਜੁੜੇ ਦੇ ਬੁਨਿਆਦੀ ਢਾਂਚੇ ਦੇ ਨਿਰਮਾਨ ਕੀ ਵੀ ਬੜਾਵਾ ਥੋਗ ਅਗੇ ਆਖਿਆ ਜੇ ਪ੍ਰਧਾਨ ਮੰਤਰੀ ਔਰ ਪ੍ਰਧਾਨ ਮੰਤਰੀ ਮੱਛੀ ਵਿਕਾਸ किसान समृद्धि सह्य योजना की मंत्रीमंडलीय आसिया मंजूरी दी गई है जो मच्छी पालन खेतर जुड़े दे एमएसएमई बढ़ावा थोग केंद्रीय मंत्रिमंडल ने मच्छी पालन क्षेत्र लिए प्रधानमंत्री मच्छी संपदा तहत केंद्रीय क्षेत्र की उपयोजना प्रधानमंत्री मच्छी किसान समृद्धि सह्य योजना मंजूरी दी दी है ਪ੍ਰੈਸ ਬ੍ਰੀਫਿੰਗੀ ਸੰਬੋਧਿਤ ਕਰਦੇ ਹੋਏ ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕਰੂ ਨੇ ਆਖਿਆ ਹੈ ਜੇ ਅਗਲੇ 4 ਸਾਲਾਂ ਵਿੱਚ ਇਸ ਯੋਜਨਾ ਲਈ ਕੁੱਲ 6000 ਕਰੋੜ ਰੁਪਏ ਦੀ ਰਕਮ ਮਨਜ਼ੂਰ ਕੀਤੀ ਗਈ ਹੈ। ਉਹਨੇ ਆਖਿਆ ਜੇ 3000 ਕਰੋੜ ਰੁਪਏ ਵਿਸ਼ਵ ਬੈਂਕ ਤੇ AFD ਦੇ ਬਾਹਰਲੇ مالی ਪੋਸ਼ਨ ਸਮੇਤ ਸਾਰਵਜਨਿਕ مالی ਥਮਾ ਓਂਗਨ ਤੇ ਬਾਕੀ 50% ਨਿੱਜੀ ਖੇਤਰ ਥਮਾ ਲਾਭਾਰਤੀਏਗੀ ਯੋਗਦਾਨ ਤੋਂ। ਮંત્રી ਹੋਰੀਆਖਿਆ ਜੀ ਇਸ ਯੋਜਨਾ ਕੰਨ ਮੱਛੀ ਪਾਲਣ ਖੇਤਰ ਚ ਬੱਲੇ ਬੱਲੇ ਉਪਚਾਰਿਕਤਾ ਮਦਦ ਦੇਣੇ ਚ ਮਦਦ ਤੋਗ ਤੇ ਸੰਸਥਾਗਤ ਕਰਜ਼ੇ ਦੀ ਉਪਲਬਧਤਾ ਚ ਵੀ ਵਾਦਾ ਕੀਤਾ ਗਿਆ ਹੈ। ਸ਼੍ਰੀ ਅਨੁਰਾਗ ਸਿੰਘ ਠਾਕਰੂ ਨੇ ਆਖਿਆ ਹੈ ਜੇ ਇਸ ਪਹਿਲ ਕਦਮੀ ਕੰਨ 6 ਲੱਖ 4000 ਸੁਕਸ਼ਮ ਉਦਮੇ ਤੇ 5500 ਮੱਛੀ ਪਾਲਣ ਸਹਿਕਾਰੀ ਸੰਸਥਾਏਂ ਕੀ ਸਮਰਥਨ ਤੋਗ ਜਿਹਦੇ ਕੰਨ ਸੰਸਥਾਗਤ ਕਰਜ਼ੇ ਦੀ ਉਪਲਬਧਤਾ ਕਰਾਈ ਜਾਗ। ਅਲੋਏ ਦੇ ਪਾਕਿਸਤਾਨ ਦੇ ਆਮ ਚੋਣਾਂ ਲਈ ਬੋਟੇ ਦੀ ਗਿਣਤਰੀ ਜਾਰੀ ਹੈ ਪਾਕਿਸਤਾਨ ਦੇ ਚੋਣ ਆਯੋਗ ਨੇ ਮਤਦਾਨ ਖਤਮ ਹੋਣ ਦੇ 10 ਘੰਟੇ ਸ਼ਾਮ ਤੇ ਸਮੇਂ ਮਗਰਾ ਅੱਜ ਸਵੇਰ ਹੈ 2024 ਦੇ ਚੋਣਾਂ ਦੇ ਪਹਿਲੇ ਨਤੀਜੇ ਦੀ ਘੋਸ਼ਣਾ ਕੀਤੀ ਹੈ ਮੁਲਖ ਚ ਮਤਦਾਨ ਚ ਮਤੀ ਦੇਰੀ ਹੋਈ ਜਿਹਦੇ ਚੱਲਦੇ ਚੋਣ ਆਯੋਗ ਨੇ ਮਤਦਾਨ ਅਫਸਰਾਂ ਨੂੰ ਚਿਰੇ ਰਾਤੀ ਚੇਤਾਵਨੀ ਕਰੀ ਹੈ ਉਹਨੇ ਕੀ ਫੌਰਨ ਨਤੀਜੇ ਜਾਰੀ ਕਰਨ ਲਈ ਆਖਿਆ ਇਸ ਚ ਮਤੇ ਸਾਰੇ ਵਿਸ਼ਲੇਸ਼ਕਾਂ ਦਾ ਅੰਦਾਜ਼ਾ ਲਾਇਆ ਗਿਆ ਹਾ ਜੇ ਚੋਣ ਦੇ ਨਤੀਜੇ ਚ ਸ਼ਾਇਦ ਕੋਈ ਨਿਰਣਾਇਕ ਵਿਜੇਤਾ ਨੇ ਨਿਕਲੀ ਸਕਦਾ ਸਰਕਾਰ ਨੇ ਗਲਾਇਆ ਹੈ ਜੀ ਜਲ ਜੀਵਨ ਮਿਸ਼ਨ ਤਹਿਤ 11 ਕਰੋੜ ਸ਼ਾਮਤ ਇਹ ਗਰਾਈ ਕਰਨਗੀ ਨਲਕੇ ਦੇ ਪਾਣੀ ਦੇ ਕਨੈਕਸ਼ਨ ਉਪਲਬਧ ਕਰਾਏ ਗਏ ਨੇ ਇਹ ਗੱਲ ਜਲ ਸ਼ਕਤੀ ਮੰਤਰੀ ਰਾਜ ਮੰਤਰੀ राजीव ਚੰਦਰ ਸ਼ੇਖਰੋ ਨੇ ਕੱਲ ਲੋਕ ਸਭਾ ਚ ਇੱਕ ਸਵਾਲ ਦੇ ਲਿਖਤ ਜਵਾਬ ਚ ਆਖਿਆ ਉਹਨੇ ਆਖਿਆ ਜੇ ਅਗਸਤ 2019 ਚ ਜਲ ਜੀਵਨ ਮਿਸ਼ਨ ਦੀ ਗੋਸ਼ਨਾ ਦੇ ਸਮੇਂ ਤਕਰੀਬਨ 3 ਕਰੋੜ ਗਰਾਈ ਕਰੇ ਚ ਨਲਕੇ ਦੇ ਪਾਣੀ ਦੇ ਕਨੈਕਸ਼ਨ ਉਹ ਨਹੀਂ ਦੀ ਖਬਰ ਹੈ ਤੇ ਜਲ ਸ਼ਕਤੀ ਰਾਜ ਮੰਤਰੀਓ ਨੇ ਆਖਿਆ ਜੀ ਊਨ 14 ਕਰੋੜ 24 ਲੱਖਾਂ ਮਤੇ ਗਰਾਈਂ ਕਰੇ ਚ ਕਰੇ ਦੇ ਨਲਕੇ ਦੇ ਪਾਣੀ ਦੀ ਆਪੂਰਤੀ ਕੀਤੀ ਗਈ ਹੈ ਕੇਂਦਰ ਨੇ 2023-2024 مالی ਬਰੇ ਦੌਰਾਨ ਖੇਲੋ ਇੰਡੀਆ ਸਕਾਲਰਸ਼ਿਪ ਯੋਜਨਾ ਤਹਿਤ ਐਥਲੀਟਾਂ ਕੀ 3 ਕਰੋੜ ਸ਼ਾਮ ਮਤੀਰਪੇਨ ਦਾ ਇਨਾਮ ਦਿੱਤਾ ਹੈ। ਯੁਵਾ ਮਾਮਲੇ ਤੇ ਖੇਡ ਮੰਤਰਾਲੇ ਨੇ ਆਖਿਆ ਹੈ ਜੇ ਭਾਰਤ ਤੇ ਖੇਡ ਪ੍ਰਾਧਿਕਰਨ ਨੇ ਖੇਲੋ ਇੰਡੀਆ ਸਕਾਲਰਸ਼ਿਪ ਯੋਜਨਾ ਤਹਿਤ ਤਕਰੀਬਨ 3000 ਐਥਲੀਟਾਂ ਨੂੰ ਕੁੱਲ 628000 ਰੁਪਏ ਸ਼ਾਮਤੀ ਸਾਲਾਨਾ ਸਕਾਲਰਸ਼ਿਪ ਦਿੱਤੀ ਹੈ। ਮੰਤਰਾਲੇ ਨੇ ਦੱਸਿਆ ਹੈ ਜੇ ਇਹ ਰਕਮ ਸਿਖਲਾਈ ਉੱਪਰ ਖਰਚ ਕੀਤੀ ਗਈ ਹੈ ਜੀਆਂ ਐਥਲੀਟਿਕ ਲਈ ਕੋਚਿੰਗ ਡਾਇਟ ਮੈਡੀਕਲ ਬੀਮਾ ਕਿੱਟ ਤੇ ਜੀਵ ਖਰਚਾ ਵਗੈਰਾ ਵਗੈਰਾ ਇਸ ਚ ਇਹ ਵੀ ਆਖਿਆ ਗਿਆ ਹੈ ਜੇ ਇਸ ਬਰੇ ਜਨਵਰੀ ਥਾ ਮਾਰਚ ਵਿਚਕਾਰ ਪਿਛਲੀ ਥਿਮਾਹੀ ਦੌਰਾਨ 7 ਕਰੋੜ 70 ਲੱਖ ਰੁਪਏ ਖਰਚ ਕੀਤੇ ਗਏ ਕੰਨ ਜਾਰੀ ਮਾਲੀ ਬਰੇ ਦੀ ਅਰਤੀਮਾਹੀ ਚ ਤਕਰੀਬਨ 8 ਕਰੋੜ ਰੁਪਏ ਦਿੱਤੇ ਗਏ ਨਾ ਇਹਦੇ ਕੰਨੇ ਕੇ ਖਬਰਾਂ ਦਾ ਬੁਲੇਟਿਨ ਸਮਾਪਤ ਹੋਆ